ਚੰਡੀਗੜ੍ਹ ਦੇ ਸੈਕਟਰ 18-19-20 ਲਾਈਟ ਪੁਆਇੰਟ ਦੇ ਬਿਲਕੁਲ ਲਾਲ ਚੌਂਕ ਦੇ ਲੱਗਦੇ ਇੱਕ ਆਰਮੀ ਦਾ ਟਰੱਕ ਤੇ ਇੱਕ ਐਕਟਿਵਾ ਸਵਾਰ ਦਾ ਐਕਸੀਡੈਂਟ ਹੋਇਆ। ਹਾਲਾਂਕਿ ਅਨਫੋਰਚੁਨੇਟਲੀ ਦੇ ਵਿੱਚ ਐਕਟਿਵਾ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਦੇ ਪਰਿਵਾਰਕ ਮੈਂਬਰ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਚੰਡੀਗੜ੍ਹ ਦਾ ਸੈਕਟਰ 19 ਪੁਲਿਸ ਸਟੇਸ਼ਨ ਪੜਦਾ ਔਰ ਬਿਲਕੁਲ ਬੈਕ ਸਾਈਡ ਤੇ ਆਰਮੀ ਦਾ ਜਿਹੜਾ ਟਰੱਕ ਹੈ ਉਹਦੇ ਨਾਲ ਹੀ ਇਹ ਐਕਸੀਡੈਂਟ ਹੋਇਆ। ਹਾਲਾਂਕਿ ਨਵਾਂ ਹੈ ਬਿਲਕੁਲ ਐਕਟਿਵਾ ਸੀ ਔਰ ਐਕਟਿਵਾ ਸਵਾਰ ਨੰਬਰ ਲੈਣ ਵਾਸਤੇ ਹੀ ਚੰਡੀਗੜ੍ਹ ਦੇ ਆਰਐਲਏ ਦਫ਼ਤਰ ਜਾ ਰਹੇ ਸੀ ਔਰ ਉਹਨਾਂ ਦੀ ਫੈਮਿਲੀ ਵੀ ਪਿੱਛੇ ਪਿੱਛੇ ਸੀ। ਉਹਨਾਂ ਦੇ ਫੈਮਿਲੀ ਉਹਨਾਂ ਦੇ ਬੇਟੇ ਸਾਡੇ ਨਾਲ ਮੌਜੂਦ ਨੇ। ਕਿੰਨੇ ਵਜੇ ਦਾ ਸਮਾਂ ਹੈ ਤੇ ਹੋਇਆ ਕੀ ਸੀ ਐਕਚੁਅਲੀ? ਸਰ ਇਹ 9:45 ਦਾ ਸਮਾਂ ਜਦ ਐਕਸੀਡੈਂਟ ਹੋਇਆ, ਸਰ ਫਾਦਰ ਸਾਹਿਬ ਮੇਰੇ ਨੰਬਰ ਪਲੇਟ ਲਵਾਉਣ ਵਾਸਤੇ ਜਾ ਰਹੇ ਸੀ ਤਾਂ ਐਕਟਿਵਾ ਨਵੀਂ ਲਈ ਸੀ ਅਸੀਂ 2-4 ਦਿਨ ਪਹਿਲਾਂ ਅਤੇ ਪਿੱਛੋਂ ਟਰੱਕ ਕਰ ਰਹੇ ਸੀ ਅਤੇ ਡੈਡੀ ਅਤੇ ਮੈਂ, ਡੈਡੀ ਐਕਟਿਵਾ ਸੀ ਮੈਂ ਮੋਟਰਸਾਈਕਲ 'ਤੇ ਸੀ, ਅਸੀਂ ਇਕੱਠੇ ਹੀ ਆ ਰਹੇ ਸੀ। ਉਹ ਫਾਦਰ ਸਾਹਿਬ ਥੋੜ੍ਹਾ ਅੱਗੇ ਲੰਘ ਗਏ, ਮੈਂ ਪਿੱਛੇ ਰਹਿ ਗਿਆ ਰਸ਼ ਦੇ ਵਿੱਚ ਅਤੇ ਪਿੱਛੋਂ ਟਰੱਕ ਆਇਆ ਆਰਮੀ ਦਾ 271 ਨੰਬਰ, ਸਰ ਉਹ 12 ਨੰਬਰ ਉਹ ਪੀਲਾ ਨੰਬਰ ਬੈਚ ਲੱਗਿਆ। ਸਰ ਉਹ ਟਰੱਕ ਨੇ ਕਾਲੀ ਕਾਲੀ 'ਚ ਡਰਾਈਵਰ ਨੇ ਉੱਪਰ ਚੜਾਤਾ ਜੀ ਫਾਦਰ ਸਾਹਿਬ ਦੇ ਪਿੱਛਿਓਂ ਅਤੇ ਫਾਦਰ ਸਾਹਿਬ ਸਰ ਥੱਲੇ ਆ ਗਏ ਅਤੇ ਸਰ ਹੁਣ ਉਹ 16 ਦੇ ਵਿੱਚ ਐਡਮਿਟ ਹੈ, ਸੋਰੀ ਡੈਥ ਹੋ ਗਈ ਉਹਨਾਂ ਦੀ ਅਤੇ ਸਰ ਬਸ ਸਾਰਾ ਸਿਸਟਮ ਖਰਾਬ ਹੋ ਗਿਆ, ਬਸ ਹੁਣ ਬਹੁਤ ਔਖਾ। ਸਰ ਤੁਸੀਂ ਨਾਲ ਹੀ ਸੀਗੇ, ਨਾਲ ਦੇ ਨਾਲ ਐਂਬੂਲੈਂਸ ਨੂੰ ਪੁਲਿਸ ਨੂੰ ਕਾਲ ਕਰਤਾ ਸੀਗਾ ਤੁਸੀਂ? ਸਰ ਪੁਲਿਸ ਆ ਗਈ ਸੀ, ਹਾਂਜੀ ਨਾਲ ਦੇ ਨਾਲ ਲੋਕਾਂ ਨੇ ਫੋਨ ਕਰਤਾ, ਮੈਂ ਘਬਰਾ ਗਈ ਸੀ ਕਿਉਂਕਿ ਰਸ਼ ਦੇ ਵਿੱਚ ਸਾਰੇ ਜਾਮ ਹੋ ਗਿਆ ਸੀ, ਮੈਂ ਘਬਰਾ ਕੇ ਮੈਂ ਕੁਛ ਨਹੀਂ ਕਰ ਸਕਿਆ ਸਰ, ਮੈਂ ਦੌੜਾ ਦੌੜਾ ਆਇਆ, ਮੈਂ ਸਰ ਦੇਖਦਾ ਰਹਿ ਗਿਆ, ਲੋਕਾਂ ਨੇ ਹੈਲਪ ਕਰੀ, ਪੁਲਿਸ ਵਾਲੀ ਗੱਡੀ ਆਈ ਸਰ ਉਹ ਲੈ ਗਏ ਨਾਲ ਅਤੇ 16 ਦੇ ਵਿੱਚ ਉਹਨਾਂ ਨੇ ਜਾ ਕੇ ਮੈਨੂੰ ਤਾਂ ਮਿਲਣ ਨਹੀਂ ਦਿਆ ਸਰ, ਅੰਦਰ ਵੜਨ ਦਿਆ। ਮੈਂ ਦਾ ਨਾਂ ਕੀ ਹੈ, ਕਿੱਥੇ ਦੇ ਜੌਬ ਕਿੱਥੇ ਕਰਦੇ ਸੀ? ਸਰ ਮੇਰੇ ਫਾਦਰ ਸਾਹਿਬ ਦਾ ਨਾਮ ਰਣਜੀਤ ਸਿੰਘ ਹੈ, ਇਲੈਕਟ੍ਰੀਸਿਟੀ ਡਿਪਾਰਟਮੈਂਟ ਸੈਕਟਰ 18 ਚੰਡੀਗੜ੍ਹ ਦੇ ਵਿੱਚ ਡਿਊਟੀ ਕਰ ਰਹੇ ਸੀ। ਤੇ ਇਹ ਜਿਹੜਾ ਦੇਖ ਰਿਹਾ ਵੀਡੀਓ 'ਚ ਦੇਖ ਰਿਹਾ ਬਿਲਕੁਲ ਐਕਟਿਵਾ ਜਿਹੜੀ ਹੈ ਅੰਦਰ, ਉਹ ਵੀ ਬਿਲਕੁਲ ਅੰਦਰ ਹੀ ਜਿਹੜਾ ਹੈਗਾ ਉਹ ਵੜ ਗਏ ਸੀ? ਹਾਂਜੀ ਸਰ, ਉਹ ਟਰੱਕ ਵਾਲੇ ਨੇ ਸਰ ਬਿਲਕੁਲ ਉੱਪਰ ਹੀ ਚੜਾ ਦਿੱਤੀ ਸਰ, ਬ੍ਰੇਕ ਹੀ ਨਹੀਂ ਮਾਰੀ ਸਰ, ਜਦ ਬਿਲਕੁਲ ਥੱਲੇ ਆ ਗਏ ਸਰ ਤਾਂ ਬ੍ਰੇਕ ਮਾਰੀ ਹੈ ਜੀ। ਹਾਂਜੀ ਤੇ ਰਫ਼ਤਾਰ ਜ਼ਿਆਦਾ ਸੀਗੀ? ਜ਼ਿਆਦਾ ਸੀਗੀ ਜੀ, ਹਾਂਜੀ ਸਰ, ਤੇਜ਼ੀ ਨਾਲ ਕੱਟ ਮਾਰਿਆ ਜੀ। ਤੇ ਕੋਈ ਮੌਕੇ ਤੇ ਤੁਸੀਂ ਰੋਕਿਆ ਇਹਨਾਂ ਨੂੰ, ਕੋਈ ਗੱਲਬਾਤ ਕੀਤੀ? ਕੋਈ ਕਿੰਨੇ ਕੁ ਬੰਦੇ ਸੀਗੇ ਟਰੱਕ ਦੇ ਵਿੱਚ? ਸਰ ਇਹ ਕਾਫੀ ਬੰਦੇ ਸੀ ਸਰ, ਮੈਂ ਉਸ ਟਾਈਮ ਤਾਂ ਗਿਣ ਨਹੀਂ ਪਾਇਆ ਬੰਦੇ ਕਿੰਨੇ ਸੀ, ਕਾਫੀ ਬੰਦੇ ਸੀ, 8-10 ਬੰਦੇ ਸੀਗੇ ਤੇ ਸਰ ਮੈਂ ਤਾਂ ਘਬਰਾ ਗਿਆ ਸੀ ਕਿਉਂਕਿ ਮੈਂ ਘਰ ਦੇ ਵਿੱਚ ਬਹੁਤ ਬੜਾ ਆਪਣੇ ਤੇ ਮੈਂ ਸਰ ਡਰਿੰਕ ਡਰਾਈਵਰ ਦੀ ਡਰਿੰਕਰ ਹੀ ਲੱਗਦੀ ਹੈ। ਚਲੋ ਉਹ ਮੈਡੀਕਲ ਤੇ ਮੈਡੀਕਲ ਬਿਲਕੁਲ ਸੈਕਟਰ 19 ਪੁਲਿਸ ਸਟੇਸ਼ਨ 'ਚ ਹਾਲਾਂਕਿ ਇਹ ਮਾਮਲਾ ਹੁਣ ਦਰਜ ਕਰਨ ਦੀ ਵੀ ਗੱਲ ਕੀਤੀ ਗਈ ਹੈ ਔਰ ਇਹੀ ਬਿਲਕੁਲ ਟਰੱਕ ਸੀਗਾ ਜਿਹਦੇ 'ਤੇ ਐਕਸੀਡੈਂਟ ਹੋਇਆ। ਐਕਟਿਵਾ ਦਾ ਬਿਲਕੁਲ ਨਿਊ ਕਵਰ, ਬਿਲਕੁਲ ਨਿਊ ਐਕਟਿਵਾ ਸੀ ਜਿਹਦਾ ਨੰਬਰ ਲੈਣ ਵਾਸਤੇ ਇਹਨਾਂ ਦੇ ਫਾਦਰ ਸਾਹਿਬ ਜਾ ਰਹੇ ਸੀਗੇ। ਹਾਲਾਂਕਿ ਹੁਣ ਪੁਲਿਸ ਇਹਦੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਕਰਦੀ ਨਜ਼ਰ ਆ ਰਹੀ ਇਹ ਦੇਖਣਾ ਹੋਵੇਗਾ ਕਿਉਂਕਿ ਆਰਮੀ ਟਰੱਕ ਦਾ ਜਿਹੜਾ ਡਰਾਈਵਰ ਹੈ ਉਹਦੀ ਹੁਣ ਜਿਹੜਾ ਮੈਡੀਕਲ ਕਰਾਇਆ ਜਾ ਰਿਹਾ ਔਰ ਬੜਾ ਹੀ ਦਰਦਨਾਕ ਅਸੀਂ ਕਹਿ ਸਕਦੇ ਹਾਂ ਹਾਦਸਾ ਹੋਇਆ ਕਿਉਂਕਿ ਤਸਵੀਰਾਂ ਬਿਆਨ ਕਰ ਰਹੀਆਂ ਕਿ ਕਿਸ ਤਰ੍ਹਾਂ ਇਸ ਟਰੱਕ ਦੇ ਆਰਮੀ ਦੇ ਟਰੱਕ ਦੇ ਬਿਲਕੁਲ ਥੱਲੇ ਐਕਟਿਵਾ ਵੜ ਗਿਆ ਸੀਗਾ ਕਿਉਂਕਿ ਦੱਸਿਆ ਜਾ ਰਿਹਾ ਕਿ ਰਫ਼ਤਾਰ ਜਿਹੜੀ ਹੈ ਕਾਫੀ ਤੇਜ਼ ਸੀਗੀ ਟਰੱਕ ਦੀ ਔਰ ਹਾਲਾਂਕਿ ਲਗਾਤਾਰ ਇਸ ਤਰ੍ਹਾਂ ਦੇ ਹਾਦਸੇ ਸਾਹਮਣੇ ਆ ਰਹੇ ਨੇ, ਤੇਜ਼ ਰਫ਼ਤਾਰੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ। ਹਾਲਾਂਕਿ ਫੁਟੇਜ ਜਿਹੜੀ ਹੈ ਉਹ ਕਢਾਈ ਜਾ ਰਹੀ ਹੈ ਪੁਲਿਸ ਵੱਲੋਂ ਵੀ ਕਿਹਦੀ ਗਲਤੀ ਹੈ, ਕਿਸ ਤਰ੍ਹਾਂ ਇਹ ਐਕਸੀਡੈਂਟ ਹੋਇਆ, ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਜੁੜ ਗਈ ਹੈ।